ਸਾਨੂੰ ਤਾਂ ਲੰਬਾ ਟਾਈਮ ਨਾ ਗੁੱਸਾ ਨਾ ਮਨਾਏ, ਹੁਣ ਤਕੜਾ ਹਿਰਦਾ ਕੇ ਸੁਣਿਓ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲੰਬਾ ਟਾਈਮ ਬਾਬਿਆਂ ਨੇ ਗੀਤ ਸੁਣਾ ਛੱਡੇ ਸਾਨੂੰ, ਚਿਮਟਿਆਂ ਢੋਲਕੀਆਂ ਦੇ ਨਾਲ ਗੀਤ ਲੰਬਾ ਟਾਈਮ। ਆ ਤੇ ਹੁਣ ਬੰਨ ਪਿਆ ਮਾੜਾ ਜਿਹਾ ਬਾਣੀ ਵਾਲੇ ਬੰਨੇ ਕੋ ਮੋੜਾ ਪਿਆ। ਆ ਕੀਰਤਨ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਕਰ ਰਿਹਾ ਸੀ, ਕੀਰਤਨ ਆ ਗੁਰਬਾਣੀ ਦਾ। ਮੈਂ ਪਿਛਲੇ ਦਿਨ ਦੀਵਾਨੇ 'ਚ ਇੱਕ ਬੇਨਤੀ ਕੀਤੀ ਸੀ, ਧਾਰਨਾ ਦਾ ਜਿਹੜੀ ਧਾਰਨਾ ਪੜ੍ਹੀ ਜਾਂਦੀ ਹੈ ਨਾ, ਕੁਝ ਧਾਰਨਾ ਨੇ ਜਿਹੜੀਆਂ ਬਾਣੀ ਦੇ ਲਾਗੇ ਲਾਗੇ ਨੇ, ਬਾਣੀ ਦੀ ਵਿਆਖਿਆ ਕਈ ਧਾਰਨਾ ਐਸੀਆਂ ਨੇ, ਮਤਲਬ ਹੁਣ ਤੁਸੀਂ ਸ਼ਬਦ ਦੀ ਧਾਰਨਾ ਬਣਾ ਕੇ ਲਾਗੇ ਲਾਗੇ ਪੜੋਗੇ, ਉਹ ਧਾਰਨਾ ਬਾਣੀ ਦੇ ਲਾਗੇ ਹੈ। ਪਰ ਕਈ ਧਾਰਨਾ ਗੁਰਬਾਣੀ ਤੋਂ ਉਲਟ ਵੀ ਹੈਗੀਆਂ, ਕਿਉਂਕਿ ਧਾਰਨਾ ਦਾ ਕੋਈ ਹੱਦ ਬੰਨਾ ਥੋੜ੍ਹਾ ਹੈਗਾ, ਕੋਈ ਨੇਮ ਥੋੜ੍ਹਾ ਹੈਗਾ। ਆਪਣੇ ਕੋਲੋਂ ਵੀ ਬਣਾ ਕੇ ਪੜ੍ਹੀ ਜਾ ਸਕਦੀ ਹੈ ਧਾਰਨਾ, ਪਰ ਜਿਹੜੀ ਆਪਾਂ ਪੜ੍ਹੀ ਸਭ ਤੋਂ ਪਹਿਲਾਂ ਗੁਰਬਾਣੀ ਦੀ ਧਾਰਨਾ ਪੜ੍ਹੀ, ਨਾ ਸ਼ਬਦ ਵੱਧ ਲਾਇਆ ਅਤੇ ਨਾ ਸ਼ਬਦ ਘੱਟ ਕੀਤਾ, ਇੱਦਾਂ ਪੜ੍ਹੀ ਜਾ ਸਕਦੀ। ਬਾਣੀ ਹੁਣੇ ਪੜ੍ਹੀ ਆਪਾਂ, ਬਾਣੀ ਗੁਰੂ ਗੁਰੂ ਹੈ ਬਾਣੀ, ਇਹ ਧਾਰਨਾ ਇੱਦਾਂ ਪੜ੍ਹੋ, ਕੌਣ ਮਨਾ ਕਰਦਾ? ਸੰਗਤ ਤੁਸੀਂ ਨਾ ਮੈਂ ਢੋਲਕੀ ਵਜਾਈ ਹੈ ਅਤੇ ਨਾ ਮੈਂ ਚਿਮਟਾ ਵਜਾਇਆ, ਤੁਸੀਂ ਵੀ ਨਾਲ ਪੜ੍ਹ ਲਈਏ, ਪੜ੍ਹ ਲਈਏ ਨਾ ਸਾਹ ਸੰਗਤ ਜੀ। ਪਰ ਲੰਬਾ ਟਾਈਮ ਸਾਨੂੰ ਬਾਬਿਆਂ ਨੇ ਕੀ ਗਣਾਇਆ ਜੀ, ਉਹ ਗੀਤ ਸੌਖੇ ਲੱਗਦੇ ਸੀ ਸਾਰਿਆਂ ਪੜ੍ਹੀ ਜਾਣਾ, ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਵੀ ਲਾ ਕੇ ਇਹ ਪੜ੍ਹੀ ਜਾਓ ਅਤੇ ਮਹਾਰਾਜ ਦੀ ਬਾਣੀ ਪੜ੍ਹਾਓ, ਸੰਗਤਾਂ ਨੂੰ ਬਾਣੀ ਯਾਦ ਹੋਵੇ। ਕਿਉਂ ਪਿਆਰਿਓ? ਗੁਰਬਾਣੀ ਪੜ੍ਹਾਓ ਤਾਂ ਕਿ ਦੋ ਤੁਕਾਂ ਸਾਡੇ ਘਰ ਤੱਕ ਪਹੁੰਚਣ। ਬਾਹਰ ਲਿਖਿਆ ਗੁਰੂ ਮਾਨਿਓ ਗ੍ਰੰਥ, ਵੱਡੇ ਵੱਡੇ ਬੋਰਡ, ਸਾਨੂੰ ਲੰਬਾ ਲੰਬਾ ਟਾਈਮ ਹੀ ਧਾਰਨਾ ਪੜ੍ਹਾ ਪੜ੍ਹਾ ਕੇ ਛੱਡੀ। ਕਈ ਤਾਂ ਬਾਬੇ ਸਟੇਜ 'ਤੇ ਰੋਣ ਲੱਗ ਪੈਂਦੇ ਪੜ੍ਹਦਿਆਂ ਪੜ੍ਹਦਿਆਂ, ਇਹੋ ਜਿਹੀਆਂ ਧਾਰਨਾ, ਇਹੋ ਜਿਹੀਆਂ ਯੂਟਿਊਬ 'ਤੇ ਭਰ ਕੇ ਵੇਖਿਓ, ਉੱਥੇ ਤਾਂ ਇੱਦਾਂ ਪੜ੍ਹਦੇ, ਹਾਏ ਬਾਬਾ ਤੂੰ ਮਰ ਗਿਆ, ਸਾਡਾ ਜੀ ਨਹੀਂ ਲੱਗਦਾ, ਨਹੀਂ ਜੀ ਲੱਗਦਾ, ਤੂੰ ਵੀ ਚਲੇ ਜਾ ਭਰਾਵਾ। ਵੱਡੀ ਗੱਲ ਤਾਂ ਇਹੋ ਹੀ ਹੈ ਵੀ ਜੇ ਤੇਰੇ ਬਾਬੇ ਤੋਂ ਬਾਅਦ ਮੇਲਾ ਨਹੀਂ ਸੁਣਨਾ ਹੋਇਆ, ਤੇਰੇ ਤੋਂ ਬਾਅਦ ਕਿਹੜਾ ਮੇਲਾ ਸੁਣਨਾ ਹੋ ਜਾਣਾ, ਹੈ ਨਾ? ਹੁਣ ਮੰਨ ਲਓ ਮੈਂ ਇੱਥੇ ਸਟੇਜ 'ਤੇ ਬੁਰੀ ਜਾਵਾਂ, ਹਾਏ ਵੀ ਮੈਂ ਜਿਹਨੂੰ ਯਾਦ ਕਰੀ ਜਾਵਾਂ ਜੀ ਉਹ ਮਰ ਗਿਆ, ਮੇਰਾ ਜੀ ਲੱਗਦਾ, ਤੁਹਾਡੇ 'ਚ ਕੋਈ ਬੰਦਾ ਉੱਠ ਕੇ ਕਹਿ ਸਕਦਾ ਨਾ ਵੀ ਤੂੰ ਵੀ ਗਲੋਂ ਲੈ ਭਰਾਵਾ, ਵੀ ਜੇ ਪਹਿਲਿਆਂ ਤੋਂ ਬਾਅਦ ਮੇਲਾ ਨਹੀਂ ਹਟਿਆ ਤਾਂ ਤੇਰੇ ਬਿਨਾਂ ਕਿਹੜਾ ਮੇਲਾ ਸੁਣਨਾ ਹੋ ਚੱਲਿਆ? ਪਰ ਹੋਇਆ ਇੰਜ ਹੋਇਆ, ਲੰਬਾ ਟਾਈਮ ਇੰਜ ਹੋਇਆ। ਗੁਰਬਾਣੀ ਪੜ੍ਹੋਗੇ ਸਮਝ ਆਏਗੀ, ਧਾਰਨਾ ਪੜ੍ਹਿਆ ਸਮਝ ਨਹੀਂ ਆਉਣੀ ਵੀ ਤੇਰੇ ਅੰਦਰ ਹੱਟ ਖੋਲ੍ਹ ਕੇ ਬੈਠਾ ਰੱਬ, ਉਹ ਤਾਂ ਭਗਤ ਰਵਿਦਾਸ ਦੇ ਸ਼ਬਦ ਨੇ ਦੱਸਣਾ, ਤੇਰੇ ਅੰਦਰ ਦੁਕਾਨ ਖੋਲ੍ਹ ਕੇ ਬੈਠਾ ਹੈ, ਮਨ ਨੂੰ ਖੁਰਾਕ ਦੇਣ ਲਈ ਅੰਦਰ ਦੇ ਹੱਟ 'ਤੇ ਯਾਤਰਾ ਕਰ। ਬਾਣੀ ਨੇ ਸਮਝਾਉਣਾ, ਸੋ ਮੁੱਲਾਂ ਜਿਉਂ ਮਨ ਸਿਉਂ ਲੜੈ, ਮੁਸਲਮਾਨ ਤਾਂ ਉਹੀ ਹੈ ਜਿਹਨੂੰ ਮਨ ਨਾਲ ਲੜਾਈ ਕਰਨੀ ਆਉਂਦੀ ਹੈ, ਜੋਗੀ ਤਾਂ ਉਹੀ ਹੈ ਜਿਹਨੂੰ ਆਖਿਆ ਮਨ ਜੀਤੈ। ਜਦੋਂ ਅਸੀਂ ਆਹ ਡੈਫੀਨੇਸ਼ਨ ਗੁਰਬਾਣੀ 'ਚੋਂ ਪੜ੍ਹਾਂਗੇ ਨਾ, ਗੁਰਬਾਣੀ ਦੀ ਵਿਚਾਰ ਬੜਾ ਵੱਡਾ ਸਾਗਰ ਹੈ ਸਾਡੇ ਕੋਲ ਗੁਰਬਾਣੀ ਪਿਆਰਿਓ, ਇਹ ਸਮੁੰਦਰ ਹੈ, ਇਹਨੂੰ ਭਾਈ ਗੁਰਦਾਸ ਨੇ ਇੰਜ ਆਖਿਆ ਪਿਆਰਿਆ ਸਾਗਰ ਹੈ, ਇਹ ਜਿੰਨੀਆਂ ਚੁੱਭੀਆਂ ਮਾਰੀ ਜਾਏਗਾ ਉਹਨੇ ਹੀਰੇ ਜਵਾਹਰਾਤ ਅਤੇ ਮੋਤੀ ਤੈਨੂੰ ਮਿਲਦੇ ਜਾਣਗੇ, ਚੁੱਭੀਆਂ ਮਾਰੀ ਜਾਏ ਚੋਂ, ਸਮੁੰਦਰ ਦੇ ਕੰਢੇ ਕੰਢੇ ਤੁਰਿਆ ਗੱਲ ਨਹੀਂ ਬਣਨੀ, ਇਹਦੇ ਵਿੱਚ ਜਿੰਨਾ ਗਹਿਰਾਈ 'ਚ ਤੁਰਿਆ ਜਾਏਗਾ ਬਹੁਤ ਕੁਝ, ਇਹਦੇ ਵਿੱਚ ਰਤਨ ਲਾਲ ਜਾਂਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਤੋ ਇਸ ਕਰਕੇ ਸਾਡਾ ਫਰਜ਼ ਬਣਦਾ ਅਸੀਂ ਸਤਿਗੁਰ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀਏ ਅਤੇ ਗਾਵੀਏ। ਮੈਂ ਤਾਂ ਸਿੱਧਾ ਕਹਿੰਦਾ ਹੁੰਦਾ ਜਿਹੜਾ ਪੜ੍ਹੇ ਉਹਦੇ ਘੜੀ ਦਾ ਹੱਥ ਜੋੜੋ, ਭਾਈ ਸਾਹਿਬ ਜੀ ਬਹੁਤ ਲੰਬੇ ਗੀਤ ਅਸੀਂ ਸੁਣ ਲਏ, ਕਵਿਤਾਵਾਂ ਤਾਂ ਕਵੀਸ਼ਰ ਵੀ ਗਾਉਂਦੇ ਆ, ਕਵਿਤਾਵਾਂ ਤਾਂ ਢਾਡੀ ਵੀ ਗਾਉਂਦੇ ਆ, ਉਹ ਪਹਿਲਾਂ ਕਹਿ ਦਿੰਦੇ ਆ, ਸੰਗਤ ਨੂੰ ਤਾਂ ਪਤਾ ਨਹੀਂ ਲੱਗਦਾ। ਕਈ ਵਾਰੀ ਕੌਮ ਦਾ ਮੰਨਿਆ ਪਰਮੰਨਿਆ ਰਾਗੀ ਸੀ ਜਿਹਨੇ ਸਵਾਸਾਂ ਦੀ ਮਾਲਾ ਪੜ੍ਹ ਪੜ੍ਹ ਕੇ ਲੋਕਾਂ ਨੂੰ ਅਜੇ ਤੱਕ ਇਹ ਨਾ ਪਤਾ ਲੱਗਾ ਵੀ ਇਹ ਸਵਾਸਾਂ ਦੀ ਮਾਲਾ ਬਾਣੀ 'ਚ ਲਿਖਿਆ ਕਿ ਬਾਹਰੋਂ ਪੜ੍ਹ ਕੇ ਸੁਣਾਉਂਦਾ ਰਿਹਾ। ਤੁਹਾਨੂੰ ਪਤਾ ਵੀ ਉਹ ਕਿਹਦੀ ਮੈਂ ਗੱਲ ਕਰ ਰਿਹਾ, ਸਵਾਸਾਂ ਦੀ ਮਾਲਾ ਸਿਮਰਾਂ ਮੈਂ। ਹਾਂ, ਸਭ ਤੋਂ ਵੱਧ ਮੇਰੇ ਖਿਆਲ 'ਚ ਟੀ ਸੀਰੀਜ਼ ਨੂੰ ਉਸੇ ਸੀ ਡੀ ਨੇ ਪੈਸਾ ਕਮਾ ਕੇ ਦਿੱਤਾ ਸੀ, ਅਤੇ ਕੌਮ ਨੂੰ ਇਹ ਨਾ ਪਤਾ ਲੱਗਾ ਵੀ ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਆ ਕਿ ਬਾਬਾ ਜੀ ਨੇ ਬੋਲੋ ਆਪਣੀ ਬਣਾਈ ਹੋਈ ਹੈ। ਅਤੇ ਕਾਸ਼ ਕਿਤੇ ਗੁਰਬਾਣੀ ਸੁਣਾਈ ਹੁੰਦੀ, ਸਾਡੇ ਕੰਨਾਂ 'ਚ ਦੋ ਤੁਕਾਂ ਗੁਰਬਾਣੀ ਦੀਆਂ ਪੈਂਦੀਆਂ, ਸਾਨੂੰ ਕੁਝ ਸਮਝ ਆ ਜਾਂਦੀ, ਅਜੇ ਵੀ ਕੁਝ ਨਹੀਂ ਵਿਗੜਿਆ। ਵਾਪਸ ਪਰਤੋ, ਗੁਰਬਾਣੀ ਦੀਆਂ ਪੋਥੀਆਂ ਘਰਾਂ 'ਚ ਰੱਖੋ, ਸਹਿਜ ਪਾਠ